ਇੱਕ ਚੰਗਾ ਨਾਗਰਿਕ ਆਪਣੇ ਫਰਜ਼ਾਂ ਦੀ ਪਾਲਣਾ ਕਰਦਾ ਹੈ ਡੰਡਿੰਗ ਉਹ ਪਰਿਵਾਰ ਹੈ ਗਵਾਂਡ ਹੈ ਅਤੇ ਸਰਕਾਰ ਪ੍ਰਤੀ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਡੰਡਿੰਗ ਉਹ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਦਾ ਹੈ ਡੰਡਿੰਗ ਗਵਾਂਡੀਆਂ ਦੇ ਔਕੜ ਸਮੇ ਸਹਿਤਾ ਕਰਦਾ ਹੈ ਡੰਡਿੰਗ ਉਹ ਉਹਨਾਂ ਦੇ ਹੱਕਾਂ ਨੂੰ ਮਾਰਨ ਦੇ ਕੋਸ਼ਿਸ਼ ਨਹੀਂ ਕਰਦਾ ਡੰਡੀ ਉਹ ਲੋਕ ਭਲਾਈ ਤੇ ਗਰੀਬਾਂ ਦੇ ਮਦਦ ਕਰਕੇ ਬਹੁਤ ਖੁਸ਼ ਹੁੰਦਾ ਹੈ ਡੰਡੀ ਉਹ ਆਪਣੇ ਧਰਮ ਤੋਂ ਛੁੱਟੇ ਦੂਜੇ ਧਰਮ ਵਾਲਿਆਂ ਲਈ ਵੀ ਸ਼ੁਭ ਇਸ਼ਾਵਾ ਰੱਖਦਾ ਹੈ ਡੰਡੀ ਉਹ ਸਭ ਨੂੰ ਪਿਆਰਦਾ ਅਤੇ ਸਤਕਾਰਦਾ ਹੈ ਡੰਡੀ ਹਰ ਚੰਗਾ ਨਾਗਰਿਕ ਸਰਵ ਜਨ ਕੈ ਸੰਪਤੀ ਦੇ ਦੇਖ ਪਾਲੈ ਕਰਨਾ ਆਪਣਾ ਕਰਤਵ ਹੈ ਸਮਿਦਾ ਹੈ ਡੰਡੀ ਉਹ ਆਪਣੇ ਉਚੇ ਤੇ ਸ੍ਰੇਸ਼ਟ ਕਰਤਵਾਂ ਦੁਆਰਾ ਆਪਣੇ ਲਈ ਤੇ ਭਾਈਚਾਰੇ ਲਈ ਸੁੱਖ ਸਾਧਨ ਪੈਦਾ ਕਰਦਾ ਹੈ ਡੰਡੀ ਉਹ ਆਪਣਾ ਚੰਗੇ ਕੰਮ ਕਰਕੇ ਸ਼ੋਭਾ ਖਟਦਾ ਹੈ ਤੇ ਹੋਰਾਂ ਲਈ ਸੁਖ ਦਈ ਮਿਸਾਲਾਂ ਕਾਇਮ ਕਰਦਾ ਹੈ ਕਿਉਂਕਿ ਸਦਾਚਾਰੀ ਜੀਵਨ ਹੀ ਅਸਲ ਜੀਵਨ ਹੈ ਡੰਡਿੰਗ ਇਸ ਦੇ ਉਲਟ ਭ੍ਰਸ਼ਟਾਚਾਰ ਨਾਲੋਂ ਬੁਰੀ ਹੋ ਰਹੇ ਕੋਈ ਲਾਨਤ ਨਹੀਂ ਡੰਡਿੰਗ ਉਹ ਸਰਕਾਰਾਂ ਦੇ ਸਹਤਾ ਲੈ ਸਰਕਾਰ ਦੁਆਰਾ ਲਏ ਗਏ ਟੈਕਸਾਂ ਨੂੰ ਸਮੇਂ ਸਿਰ ਅਦਾ ਕਰਦਾ ਹੈ ਡੰਡਿੰਗ ਸਾਡੇ ਦੇਸ਼ ਵਿੱਚ ਲੋਕ ਰਾਜ ਹੈ ਡੰਡਿੰਗ ਲੋਕ ਰਾਜ ਵਿੱਚ ਜਨਤਾ ਆਪ ਰਾਜ ਕਰਦੀ ਹੈ ਡੰਡਿੰਗ ਹਰ ਨਾਗਰਿਕ ਨੂੰ ਵੋਟਾਂ ਦਾ ਅਧਿਕਾਰ ਪ੍ਰਾਪਤ ਹੈ ਡੰਡਿੰਗ ਵੋਟਾਂ ਦਾ ਸਹੀ ਪ੍ਰਯੋਗ ਕਰਨਾ ਹਰ ਨਾਗਰਿਕ ਦਾ ਫਰਜ਼ ਹੈ ਡੰਡਿੰਗ ਇਸ ਲਈ ਚੰਗਾ ਨਾਗਰਿਕ ਆਪਣੀ ਵੋਟਾਂ ਦਾ ਠੀਕ ਪ੍ਰਯੋਗ ਕਰਦਿਆਂ ਹੋਇਆਂ ਦੇਸ਼ ਦੇ ਰਾਜ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਵਿੱਚ ਸਹਿਯੋਗ ਦਿੰਦਾ ਹੈ ਡੰਡਿੰਗ ਨਰੋਏ ਸਰੀਰ ਵਿੱਚ ਹੀ ਨਰਵਾ ਮਨ ਹੁੰਦਾ ਹੈ ਡੰਡਿੰਗ ਹਰ ਦੇਸ਼ ਦੇ ਚੰਗੇ ਨਾਗਰਿਕਾਂ ਦਾ ਰੋਗਾਂ ਅਤੇ ਸਿਹਤਮੰਦ ਹੋਣਾ ਜ਼ਰੂਰੀ ਹੈ ਡੰਡਿੰਗ ਇੱਕ ਚੰਗੀ ਸਿਹਤ ਵਾਲਾ ਨਾਗਰਿਕ ਹੀ ਦੇਸ਼ ਕੌਮ ਅਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝ ਸਕਦਾ ਹੈ ਅਤੇ ਨਿਭਾ ਸਕਦਾ ਹੈ ਡੰਡਿੰਗ ਕਮਜ਼ੋਰ ਅਤੇ ਰੋਗੀ ਨਾਗਰਿਕ ਨੇ ਦੇਸ਼ ਦਾ ਭਲਾ ਤਾਂ ਕੀ ਕਰਨਾ ਹੈ ਸਗੋਂ ਦੇਸ਼ਾਂ ਤੇ ਬੋਝ ਬਣ ਜਾਂਦਾ ਹੈ ਡੰਡਿੰਗ ਇਸ ਲਈ ਇੱਕ ਚੰਗੇ ਨਾਗਰਿਕ ਲਈ ਸਿਹਤਮੰਦ ਹੋਣਾ ਜ਼ਰੂਰੀ ਹੈ ਡੰਡਿੰਗ ਮਿਲਵਰਤਨ ਚੰਗੇ ਨਾਗਰਿਕਾਂ ਦਾ ਇੱਕ ਬਹੁਤ ਵੱਡਾ ਗੁਣ ਹੈ ਡੰਡਿੰਗ ਮਨੁੱਖ ਨੂੰ ਜੀਵਨ ਬਤੀਤ ਕਰਨ ਲਈ ਕਈ ਚੀਜ਼ਾਂ ਦੀ ਲੋੜ ਹੁੰਦੀ ਹੈ ਡੰਡਿੰਗ ਸਾਨੂੰ ਖਾਣ ਲਈ ਭੋਜਨ ਪਹਿਨਣ ਲਈ ਕੱਪੜੇ ਅਤੇ ਰਹਿਣ ਲਈ ਮਕਾਨ ਚਾਹੀਦਾ ਹੈ ਡੰਡਿੰਗ ਇਹ ਸਭ ਲੋੜਾਂ ਮਨੁੱਖ ਆਪਣੇ ਆਪ ਪੂਰੀਆਂ ਨਹੀਂ ਕਰ ਸਕਦਾ ਡੰਡਿੰਗ ਇਹਨਾਂ ਨੂੰ ਪੂਰਾ ਕਰਨ ਲਈ ਆਪਸੀ ਸਹਿਯੋਗ ਜ਼ਰੂਰੀ ਹੈ ਡੰਡਿੰਗ ਮਿਲ ਵਰਤਨ ਤੋਂ ਬਿਨਾ ਨਾ ਕੋਈ ਜਾਤੀ ਅਤੇ ਨਾ ਕੋਈ ਦੇਸ਼ ਅੱਗੇ ਵਧ ਸਕ ਦਾ ਹੈ ਡੰਡਿੰਗ ਇਸ ਲਈ ਇੱਕ ਚੰਗੇ ਤੇ ਆਦਰਸ਼ ਨਾਗਰਿਕਾਂ ਵਿੱਚ ਮਿਲ ਵਰਤਨ ਸੱਦ ਭਾਵਨਾ ਅਤੇ ਭਾਈਚਾਰਕ ਏਕਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਡੰਡੀ